ਸਨਾ ਜੀ ਬੋਲਣ ਦੇ ਕੀ ਕਹਿਣਾ ਚਾਹੁੰਗੇ ਜੀ ਅੱਜ ਦਾ ਜਿਹੜੇ ਇਹ ਧਰਨੇ ਐ ਸੰਯੁਕਤ ਮੋਰਚੇ ਵੱਲੋਂ ਪੂਰੇ ਭਾਰਤ ਦੇ ਵਿੱਚ ਜਿਹੜਾ ਸਰਕਾਰ ਨੇ ਫੈਸਲਾ ਕਰਿਆ ਹੈ ਅਗਨੀ ਪਾਸ ਦਾ ਜਿਹਦੇ ਤਹਿਤ ਉਹ ਕਹਿੰਦੇ ਵੀ ਨੌਜਵਾਨਾਂ ਨੂੰ ਅਸੀਂ ਫੌਜ ਦੇ ਵਿੱਚ ਉਹਨੂੰ 4 ਸਾਲੀ ਨੌਕਰੀ ਦੇਵਾਂਗੇ ਉਸਵਾਦ ਜਿਹੜੇ 75% ਐ ਉਹਨਾਂ ਨੂੰ ਨੌਕਰ ਜੋ ਕੱਢ ਜਾਂਗੇ ਤੇ 25% ਨੂੰ ਅਸੀਂ ਸੈੱਟ ਕਰਾਂਗੇ ਇਹ ਵੀ 25% ਵਾਲੀ ਕਹਿਣ ਦੀ ਗੱਲ ਲੱਗਦੀ ਹੈ ਉਹਦੇ ਖਿਲਾਫ ਸੰਯੁਕਤ ਮੋਰਚੇ ਨੇ ਪੂਰੇ ਭਾਰਤ ਦੇ ਵਿੱਚ ਇਹ ਸੱਦਾ ਦਿੱਤਾ ਹੈ ਕਿ ਤਹਿਸੀਲ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਇਕੱਠ ਕਰਕੇ ਅੱਜ ਰਾਸ਼ਟਰਪਤੀ ਦੇ ਨਾਂ ਤੇ ਜਿਹੜੇ ਉਹ ਮੰਗ ਪੱਤਰ ਦੇਣੇ ਆ ਉਹਦੇ ਤਹਿਤ ਅੱਜ ਅਸੀਂ ਬਰਨਾਲੇ ਦੀ ਗਾਣਾ ਮੰਡੀ 'ਚ ਇਕੱਠੇ ਹੋਏ ਆਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਹੀ ਗੱਲ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਿਰਫ ਪੁਲਿਸ ਤੇ ਫੌਜ ਦੀ ਨੌਕਰੀ ਬਚੀ ਸੀ ਜਿਹੜੀ ਕੋਈ ਨੌਜਵਾਨਾਂ ਨੂੰ ਮਾੜੀ-ਮੋਟੀ ਆਸਵਾਜ ਦੀ ਸੀ ਕਿ ਫੌਜਾਂ ਪੁਲਿਸ 'ਚ ਭਰਤੀ ਹੋ ਜਾਣਗੇ ਉਹ ਵੀ ਸਰਕਾਰ ਨੇ ਖੋਲੀ ਉਹਨੂੰ ਲੱਤ ਮਾਰਤੀ ਐ ਇਸ ਕਰਕੇ ਨੌਜਵਾਨ ਇਸ ਨਿਰਾਸ਼ਾ 'ਚ ਨਾ ਜਾਣ ਜਿਵੇਂ ਪਹਿਲਾਂ ਨਿਰਾਸ਼ਾ ਜਾ ਕੇ ਕੋਈ ਨਸ਼ਿਆਂ ਵੱਲ ਜਾਂਦਾ ਕੋਈ ਕਿਸੇ ਪਾਸੇ ਜਾਂਦਾ ਉਹੋ ਇਸ ਗੱਲ ਨੂੰ ਬਦਲਾਉਣ ਦੇ ਲਈ ਪੂਰੇ ਜਿੰਨਾ ਨੌਜਵਾਨਾਂ ਦੀ ਸ਼ਕਤੀ ਹੈ ਆਪ ਦਾ ਇਕੱਠ ਬਣਾਉਣ ਲਹਿਰ ਬਣਾਉਣ ਭਗਸਿਆਂ ਦੇ ਰਾਹ ਤੇ ਤੁਰਨ ਤੇ ਇਹ ਜਿਹੜੀਆਂ ਨਵੀਆਂ ਨੀਤੀਆਂ ਲਿਆ ਰਹੇ ਐ ਇਹਨਾਂ ਨੀਤੀਆਂ ਨੂੰ ਪੁੱਠਾ ਢੇਡਾ ਦੇਣ ਦੀ ਪੂਰੀ ਤਰ੍ਹਾਂ ਨੌਜਵਾਨਾਂ ਦੀ ਸਮਰੱਥਾ ਹੈ ਇਹਦੇ ਨਾਲ ਹੀ ਅੱਜ ਸਾਡੀਆਂ ਮਾਵਾਂ ਭੈਣਾਂ ਦਾ ਉਹਨਾਂ ਨੂੰ ਵੀ ਬੇਨਤੀ ਹੈ ਵੀ ਹੁਣ ਮੈਦਾਨ ਚ ਆਏ ਬਣਾ ਸਰਨਾ ਨਹੀਂ ਕਿਉਂਕਿ ਸਰਕਾਰ ਨੇ ਕੱਲਾ ਨੌਜਵਾਨਾਂ ਤੇ ਹਮਲਾ ਨਹੀਂ ਕੀਤਾ ਫੌਜ ਦਾ ਕਾਨੂੰਨ ਬਣਾ ਕੇ ਜਿਹੜਾ ਕੁੱਲ ਪਾਣੀ ਹੈ ਉਹ ਪਾਣੀ ਨੂੰ ਵੀ ਕਹਤਾ ਕਿ ਇਹ ਮੁਕਤਦੀ ਦੇਣ ਵਾਲੀ ਸਾਇ ਨਹੀਂ ਇਹਨੂੰ ਮੁੱਲ ਵੇਚਣਾ ਹੈ ਉਹਦੇ ਤਹਿਤੀ ਧਰਤੀ ਦੇ ਥਲਾ ਪਾਣੀ ਜਿਹੜਾ ਡੂੰਘਾ ਗਿਆ ਉਹਦੀ ਪ੍ਰਵਾਹੀ ਨਹੀਂ ਕਰੀ ਮੁੜ ਕੇ ਜਿਹੜਾ ਪਾਣੀ ਦਰਿਆਵਾਂ ਦਾ ਨਹਿਰਾਂ ਦਾ ਪਾਣੀ ਸੀ ਉਹਦੇ ਚ ਸਹਿਰਾਂ ਦਾ ਸੀਵਰੇਜ ਵਾਲਾ ਤੇ ਫੈਕਟਰੀਆਂ ਦਾ ਜਿਹੜਾ ਤਜਾਬੀ ਪਾਣੀ ਐ ਵਿੱਚ ਪਾਇਆ ਤੁਰਤ ਜਿਹੜਾ ਕੁੱਲ ਪਾਣੀ ਆ ਉਹ ਪ੍ਰਦੂਸ਼ਿਤ ਕਰਤਾ ਅੱਜ ਉਸੇ ਪਾਣੀ ਨੂੰ ਕੰਟਰੋਲ ਕਰਕੇ ਸਾਫ਼ ਕਰਕੇ ਪਹਿਲਾਂ ਖਰਾਬ ਵੀ ਆਪ ਕਰਿਆ ਸਾਫ਼ ਵੀ ਆਪ ਕਰਨਾ ਕਹਿੰਦੇ ਸੀ ਲੋਕਾਂ ਦੀ ਸਿਹਤ ਦਾ ਖਿਆਲ ਆ ਸੀ ਸੁੱਧ ਪਾਣੀ ਦੇਵਾਂਗੇ ਉਹਦੇ ਲਈ ਅਸੀਂ ਭਾਰਤੀ ਕਿਸਾਨ ਜੁਣੀ ਏਕਤਾ ਗ੍ਰਾਹਾਂ ਵੱਲੋਂ ਮਹਿਮ ਲਈ ਹੋਈ ਐ ਦੂਜੀਆਂ ਜਥੇਬੰਦੀਆਂ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਐਸੇ ਦਾ ਆਉਣ ਵਾਲਾ ਮਹੀਨਾ ਅਗਲਾ ਕੋਸ਼ਿਸ਼ ਆ ਸਾਡੀ ਕਿ ਦੇ ਪਹਿਲੇ ਹਫ਼ਤੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਜਿਵੇਂ ਟੂਲ ਫ੍ਰੀ ਕਰਿਆ ਸੀ ਸਾਰਾ ਪੰਜਾਬ ਪਾਣੀ ਦਾ ਜਿਹੜਾ ਪ੍ਰਦੂਸ਼ਿਤ ਹੈ ਪ੍ਰਦੂਸ਼ਿਤ ਫ੍ਰੀ ਕਰਨਾ ਸੀ ਪੰਜਾਬ ਦੇ ਪਾਣੀ ਨੂੰ ਤੇ ਆਪ ਦਾ ਜਿਹੜਾ ਹੱਕ ਹੈ ਪਾਣੀਆਂ ਤੇ ਲੋਕਾਂ ਦਾ ਉਹਨੂੰ ਬਹਾਰ ਰੱਖਾਂਗੇ ਉਹਦੇ ਲਈ ਅਸੀਂ ਮਹਿਮ ਲਈ ਹੋਈ ਹੈ ਦੂਜੀਆਂ ਜਥੇਬੰਦੀਆਂ ਨਾਲ ਸੰਪਰਕ ਕਰ ਰਹੇ ਹਾਂ ਤੁਹਾਡੇ ਮਾਝੇ ਦੇ ਨਹੀਂ ਸਾਰੇਆਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੇ ਭਰਾਵੋ ਪਾਣੀ ਨਾ ਬਚਿਆ ਫਿਰ ਜ਼ਮੀਨਾਂ ਨਹੀਂ ਬਚਦੀਆਂ ਕੁਝ ਨਹੀਂ ਬਚਦਾ ਸਾਡਾ ਆਓ ਪਾਣੀ ਬਚਾਉਣ ਦੇ ਲਈ ਮੈਦਾਨ ਚਾਹੀਏ ਸਾਰੇ ਭਰਾਵਾਂ ਦਾ ਤੁਹਾਡੇ ਮਾਦੇ ਰਾਈ ਧੰਨਵਾਦ ਕਰਾਂਗੇ ਕਿ ਉਹ ਮੈਦਾਨ ਚਾਉਣ ਇਥੋਂ ਦੇਖੋ ਦਾਣਾ ਮੰਡੀ ਚ ਇਕੱਠੇ ਹੋਏ ਐ ਇਥੋਂ ਮੁਜ਼ਾਰਾ ਲਿਜਾ ਕੇ ਡੀਸੀ ਦੇ ਜਾ ਕੇ ਮੰਗ ਪੱਤਰ ਦੇਣਾ ਉੱਥੇ ਜਾ ਕੇ ਨੇ ਸਮਾਪਤ ਹੋ ਜਾਣਾ ਐ ਇਥੋਂ ਮੁਜ਼ਾਰੇ ਦੇ ਰੂਪ ਚ ਜਾਣਗੇ ਉੱਥੇ ਜਾ ਕੇ ਮੰਗ ਪੱਤਰ ਦੇ ਕੇ ਜੀ ਸਮਾਪਤੀ ਹੋਣੀ ਹੈ